परम सत्कार योग सा संगत जी, अपनी अपनी रचना पवित्र कर लिए ते गज के आख लिए। धन श्री सतगुरु जगजीत सिंह जी, धन श्री सतगुरु उदय सिंह जी। सा संगत जी, अज की साखी का विषय है अनेक है फिर एक है। सतगुरु गोबिंद सिंह जी अकाल पुरख की महिमा का वर्णन करते हुए लिखते हैं, अनेक है फिर एक है। ਉਹ ਅਨੇਕਾਂ ਰੂਪਾਂ ਵਿੱਚ ਅਨੇਕਾਂ ਰੰਗਾਂ ਵਿੱਚ ਹੁੰਦਾ ਹੋਇਆ ਵੀ ਇੱਕ ਹੀ ਹੈ। ਉਹਦੀ ਕਿਰਪਾ ਹੋਵੇ ਤਾਂ ਸਾਨੂੰ ਹਰ ਥਾਂ ਹਰ ਜੀਵ ਜੰਤੂ ਵਿੱਚ ਉਸਦੇ ਦਰਸ਼ਨ ਹੋ ਸਕਦੇ ਹਨ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਕੋਈ ਸਰਗੁਣ ਸਰੂਪ ਧਾਰ ਲਵੇ। ਨਹੀਂ ਤਾਂ ਉਹਦੇ ਦਰਸ਼ਨ ਵਿੱਚ ਕਿਸ ਰੂਪ ਵਿੱਚ ਹੋ ਸਕਣਗੇ? ਉਸ ਸਰਗੁਣ ਸਰੂਪ ਦਾ ਨਾਂ ਹੀ ਸਤਿਗੁਰੂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਲਿਖਦੇ ਹਨ, ਨਾਨਕ ਸੋਤੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪੂਰਨ ਸਤਿਗੁਰੂ ਅਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ। ਸਤਿਗੁਰੂ ਅਨੰਤ ਸ਼ਕਤੀਆਂ ਦਾ ਮਾਲਕ ਹੁੰਦਾ ਹੈ। ਅਕਾਲ ਪੁਰਖ ਦੇ ਸਰਗੁਣ ਸਰੂਪ ਬੇਅੰਤ ਪਾਤਸ਼ਾਹ ਗਰੀਬ ਨਿਵਾਸੀ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਸੰਬੰਧਿਤ ਇੱਕ ਸਾਖੀ ਸੁਣੋ। ਸਨ 1947 ਦੀ ਘਟਨਾ ਹੈ। ਪਾਕਿਸਤਾਨ ਬਣਨ ਵਾਲਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਮੰਡੀ ਚਲੇ ਜਾਓ। ਜਾਣੀ ਜਾਂ ਸਤਿਗੁਰੂ ਜੀ ਜਾਣਦੇ ਸਨ ਕਿ ਪਾਕਿਸਤਾਨ ਬਣ ਜਾਣਾ ਹੈ ਅਤੇ ਮਾਰ ਕਾਟ ਵੀ ਬਹੁਤ ਹੋਣੀ ਹੈ। ਸੋ ਉਹਨਾਂ ਨੇ ਆਪਣੇ ਸੇਵਕਾਂ ਦੀ ਰੱਖਿਆ ਕਰਨ ਲਈ ਉਹਨਾਂ ਨੂੰ ਪਹਾੜਾਂ ਵਿੱਚ ਜਾ ਵਸਣ ਦਾ ਹੁਕਮ ਦਿੱਤਾ। ਜਦੋਂ ਮੰਡੀ ਸਿੱਖ ਪਹੁੰਚੇ ਤਾਂ ਮਕਾਨ ਬਹੁਤ ਥੋੜੇ ਸਨ। ਸਤਿਗੁਰੂ ਜੀ ਨੇ ਦੇ ਹੁਕਮ ਅਨੁਸਾਰ ਸਿੱਖ ਜੰਗਲਾਂ ਵਿੱਚ ਜਾ ਕੇ ਲੱਕੜੀਆਂ ਵੱਢ ਕੇ ਲਿਆਉਂਦੇ ਸਨ ਤਾਂ ਕਿ ਲੱਕੜੀ ਦੇ ਮਕਾਨ ਬਣਾ ਕੇ ਰਹਿਣ ਜੋਗੀ ਜਗ੍ਹਾ ਬਣਾ ਲਈ ਜਾਵੇ। ਉਦੋਂ ਉੱਥੇ ਬਾਂਦਰ ਬਹੁਤ ਹੁੰਦੇ ਸਨ। ਜੰਗਲ ਵਿੱਚ ਜਦੋਂ ਸਿੱਖ ਆਪਣਾ ਸਮਾਨ ਵਗੈਰਾ ਰੱਖ ਕੇ ਕੰਮ ਕਰ ਰਹੇ ਹੁੰਦੇ ਤਾਂ ਉਹ ਸਿੱਖਾਂ ਦੇ ਕੱਪੜੇ ਵਗੈਰਾ ਚੁੱਕ ਕੇ ਦੂਰ ਲੈ ਜਾਂਦੇ। ਇੰਝ ਸਮੱਸਿਆ ਪੈਦਾ ਹੋ ਗਈ ਕਿ ਬਾਂਦਰਾਂ ਤੋਂ ਕਿਸ ਤਰ੍ਹਾਂ ਬਚਾਅ ਹੋਵੇ। ਫੈਸਲਾ ਕੀਤਾ ਕਿ ਇੱਕ ਸਿੱਖ ਸਮਾਨ ਦੀ ਰੱਖਿਆ ਕਰਨ ਲਈ ਬਿਠਾ ਦਿੱਤਾ ਜਾਵੇ। ਇਸ ਗੱਲ ਦਾ ਪਤਾ ਜਦੋਂ ਬੇਅੰਤ ਸ਼ਕਤੀਆਂ ਦੇ ਮਾਲਕ ਬੇਅੰਤ ਜੀ ਨੂੰ ਲੱਗਾ, ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਚੱਲੋ, ਬਾਂਦਰਾਂ ਨੂੰ ਅਸੀਂ ਹਟਾਉਣ ਵਾਸਤੇ ਆਵਾਂਗੇ। ਸੋ ਸਿੱਖ ਜੰਗਲ ਵੱਲ ਚੱਲ ਗਏ ਅਤੇ ਲੱਕੜਾਂ ਕੱਟਣ ਲੱਗ ਪਏ। ਬੇਅੰਤ ਜੀ ਇੱਕ ਬਾਂਸ ਫੜ ਕੇ ਬਾਂਦਰਾਂ ਨੂੰ ਦੂਰ ਭਜਾਉਂਦੇ ਰਹੇ। ਸ਼ਾਮ ਨੂੰ ਲੱਕੜਾਂ ਦੇ ਢੇਰ ਚੁੱਕ ਕੇ ਜਦੋਂ ਸਿੱਖ ਆਪਣੀਆਂ ਟਿਕਾਣਿਆਂ ਤੇ ਵਾਪਸ ਆਏ ਤਾਂ ਦਿਨ ਦੀ ਵਾਰਤਾ ਸੁਣਾਈ ਕਿ ਅੱਜ ਤਾਂ ਬੇਅੰਤ ਜੀ ਨੇ ਬਾਂਸ ਫੜ ਕੇ ਬਾਂਦਰਾਂ ਤੋਂ ਸਾਡੇ ਸਮਾਨ ਦੀ ਰੱਖਿਆ ਕੀਤੀ ਹੈ। ਪਰ ਸਾਧ ਸੰਗਤ ਜੀ ਨੇ ਦੱਸਿਆ ਕਿ ਉਹ ਤਾਂ ਅੱਜ ਸਾਰਾ ਦਿਨ ਸਾਡੇ ਕੋਲ ਰਹੇ ਹਨ, ਕਿਧਰੇ ਗਏ ਹੀ ਨਹੀਂ। ਦੋਵੇਂ ਧਿਰਾਂ ਆਪਣੀ ਗੱਲ ਤੇ ਅੜ ਗਈਆਂ। ਜੰਗਲ ਵਿੱਚ ਜਾਣ ਵਾਲੇ ਸਿੱਖ ਆਖਣ ਕਿ ਅੱਜ ਬੇਅੰਤ ਜੀ ਸਾਡੇ ਕੋਲ ਜੰਗਲ ਵਿੱਚ ਸਨ ਅਤੇ ਬਾਕੀ ਦੀ ਸੰਗਤ ਆਖੇ ਕਿ ਉਹ ਸਾਡੇ ਕੋਲ ਸਨ, ਕਿਧਰੇ ਗਏ ਹੀ ਨਹੀਂ। ਅਖੀਰ ਇਹੀ ਸਮਝਿਆ ਗਿਆ ਕਿ ਇਹ ਤੇ ਚੋਜੀ ਨੇ ਇੱਕ ਛੋਟਾ ਜਿਹਾ ਚੋਜ ਹੀ ਵਿਖਾਇਆ ਹੈ। ਉਹ ਤਾਂ ਇੱਕ ਹੁੰਦਾ ਹੋਇਆ ਵੀ ਅਨੇਕਾਂ ਰੂਪ ਧਾਰਨ ਕਰਨ ਵਾਲਾ ਆਪ ਹੀ ਅਕਾਲ ਪੁਰਖ ਹੈ। ਸਤਿ ਸ਼੍ਰੀ ਅਕਾਲ।